ਬਾਬਾ ਸ਼ਹੀਦ ਯੂਥ ਕਲੱਬ ਪਿੰਡ ਝਾੜੀ ਵਾਲਾ, ਇਹਨਾਂ ਦੇ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਹੈ। ਦੂਜੇ ਸਾਲ ਦੇ ਵਿੱਚ ਜਿਹੜੀਆਂ ਖੇਡਾਂ ਹੋ ਰਹੀਆਂ ਹੈ, ਇੱਧਰ ਇੱਕ ਨੰਬਰ ਗਰਾਊਂਡ 'ਚ ਵੀ ਮੈਚ ਬਿਲਕੁਲ ਨੇੜੇ ਨੇੜੇ ਹੈ ਤੇ ਅਗਲੇ ਮੈਚ ਦੀਆਂ ਟੀਮਾਂ ਗਰਾਊਂਡ ਦੇ ਨੇੜੇ ਆ ਜਾਣਗੀਆਂ ਬੜਾ ਵੱਡਾ ਮੈਚ ਖੇਡਿਆ ਜਾ ਰਿਹਾ। ਆਹ ਟੀਮ ਕਹਿੰਦੇ 1,00,000 ਵਾਲੇ ਕੱਪ ਮੁੰਡਿਆਂ ਨੇ ਜਿੱਤੇ ਹੈ। ਸਭ ਤੋਂ ਵੱਧ ਨਾਮ ਐਤਕੀ ਦੇ ਸੀਜ਼ਨ ਦਾ ਬੋਡਿਆਂ ਦੇ ਵਿੱਚ ਰੱਖਿਆ ਗਿਆ 1,00,000 ਤੇ ਉਹ ਕਹਿੰਦੇ ਘੱਟਿਆਂ ਵਾਲੀ ਦੀ ਟੀਮ ਨੇ 1,00,000 ਦੀ ਜੇਤੂ ਬਣੀ ਹੈ। ਵੱਡੇ ਰਿਕਾਰਡ, ਵੱਡਾ ਇਤਿਹਾਸ ਹੈ ਮੁੰਡਿਆਂ ਦਾ, ਬੜਾ ਸੋਹਣਾ ਖੇਡ ਰਹੇ ਹੈ। ਲਓ ਕਹਿੰਦੇ ਸ੍ਰੀ ਮੁਕਤਸਰ ਜ਼ਿਲ੍ਹੇ ਦੀ ਧਰਤੀ ਵਧਾਈਆਂ ਪਿੰਡ ਹੈ। ਲਓ ਪਰ ਸਾਹਮਣੇ ਕਹਿੰਦੇ ਘੱਟਿਆਂ ਵਾਲੀ ਪਿੰਡ ਦਾ ਪੰਪੋਵਾਲ ਵੀ ਕਰ ਗਿਆ ਔਰ ਸਫਲਤਾ ਜਿਹੜੀ ਕਾਲੀਆਂ ਦੀ ਟੀਮ ਦੇ ਖਾਤੇ ਵਿੱਚ ਹੈ। ਆਹ ਮੁੰਡੇ ਦਾ ਕਹਿੰਦੇ ਕਰਨ ਨਾਮਾ ਹੈ ਤੇ ਨੇੜੇ ਰਹਿਣ ਵਾਲੇ ਇਹਨੂੰ ਲਾਲਾ ਕਹਿ ਕੇ ਰਾਜ ਮਾਰਦੇ ਹੈ, ਪਰ ਨਾਲ ਕਦੇ ਗੁਰੀ ਖੜਾ ਉਹ ਕਦੇ ਮੁੰਡੇ ਦੀ ਸਿਫਤ ਵੱਡੇ ਵੱਡੇ ਟੈਂਕਰ ਕਰਦੇ ਆ ਵੀ ਬਾਲਾ ਮਾਰਨੋਂ ਨੀ ਹਟਦਾ ਔਰ ਆਹ ਮੁੰਡਾ ਕਦੇ ਚੜ੍ਹਦੀ ਉਮਰ ਦੁਨੀਆਂ ਦਾ ਮਹਾਨ ਬਣ ਗਿਆ। ਇਹਦੇ ਬਾਪੂ ਜੀ ਨੇ ਇਹਨੂੰ ਕਦੇ ਵੱਡੀ ਹੱਲਾਸ਼ੇਰੀ ਦਿੱਤੀ ਹੋਈ ਹੈ ਕਿ ਬਾਪੂ ਕਹਿੰਦਾ ਖੇਡ ਪੁੱਤ ਸ਼ੇਰ ਬਣ ਕੇ ਦਿਖਾ ਦੇ ਐਨ ਚੋਟੀ ਦਾ ਪਲੇਅਰ ਬਣ ਕੇ ਕੋਈ ਯਾਰ ਬੇਲੀ ਰਿਸ਼ਤੇਦਾਰ ਮਾਣ ਸਾਰੇ ਕਰਦੇ ਤੇ ਗੁਣ ਬਿਨਾ ਕੋਈ ਨੀ ਕਿਸੇ ਨੂੰ ਜਾਣਦਾ। ਪੁੱਤ ਜਿੰਨਾ ਮਾਮਾ ਦੇ ਪਲੇਅਰ ਬਣਦੇ ਨਾਮ ਉੱਚਾ ਹੋ ਜੇ ਸਾਰੇ ਖਾਨਦਾਨ ਦਾ। ਅੰਕਲ ਜੀ ਕਿੰਨੇ ਹੋ ਗਏ ਹੁਣ? ਵਾਕਈ ਖਾਨਦਾਨ ਦਾ ਕਹਿੰਦੇ ਨਾਂ ਉੱਚਾ ਕਰਨ ਵਾਲੇ ਅੱਜ ਖਿਡਾਰੀ ਪੁੱਜੇ ਹੋਏ ਹੈ। ਬਹੁਤ ਸੋਹਣਾ ਮੁਕਾਬਲਾ ਲਓ ਕਰਨ ਕਹਿੰਦੇ ਕਾਲੀਅਲ ਦਾ, ਬੜਾ ਸੋਹਣਾ ਮੈਚ ਹੈ। ਇੱਧਰ ਕਰੋ ਜੀ ਨੋਟ, ਐ ਸਰਦੀ ਟੀਮ ਜਿੱਤੇ ਸੰਤ ਗਰਾਊਂਡ 'ਚ ਰਹੋ, ਗਰਾਊਂਡ 'ਚ ਬਾਬੂ ਜੋਈਆ ਨਾਲ ਵੱਡਾ ਮੈਚ ਹੈ। ਬਾਬੂ ਜੋਈਆ ਦੀ ਟੀਮ ਕਿਰਪਾ ਕਰਕੇ ਗਰਾਊਂਡ ਨੰਬਰ 1 ਦੇ ਵਿੱਚ ਆ ਜੇ ਵੀਰੇ। ਬਾਬੂ ਜੋਈਆ ਇਹ ਵੀ ਮਦਰੱਸੇ ਦਾ ਇੱਕ ਮੈਚ ਕਰਾ ਦੀ, ਆ ਜਾ ਵੀਰਵਾਨ ਦਾ, ਆਓ ਜੀ ਮਾਮੂ ਜੋਈਆ। ਬੜਾ ਸੋਹਣਾ ਮੈਚ ਖੇਡਿਆ ਜਾਣਾ ਹੈ ਜਲਦੀ ਦੇ ਨਾਲ। ਮੋਰਾ ਵਾਲੀ ਆ ਕਹਿੰਦੇ ਜੋਸ਼ਨ ਖੇਡੂ, ਬਹੁਤ ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ। ਮਾਮੂ ਜੋਈਏ ਦੇ ਰਹਿੰਦੇ ਖਿਡਾਰੀ ਆਓ ਜੀ ਜਲਦੀ ਦੇ ਨਾਲ ਬਾਈ ਜੀ ਲਾਈਵ ਦੀ ਅਪਡੇਟ ਦੱਸੀ ਚੱਲਿਓ ਕਿਵੇਂ ਚੱਲੀ ਜਾਂਦੀ ਹੈ, ਸ਼ੇਅਰ ਕਰ ਦੋ। ਮਾਮੂ ਜੋਈਏ ਵਾਲੇ ਮੁੰਡੇ ਜਲਦੀ ਦੇ ਨਾਲ ਆ ਜਾਣਗੇ ਗਰਾਊਂਡ 'ਚ, ਬੜਾ ਸੋਹਣਾ ਮੈਚ ਖੇਡਿਆ ਜਾਣਾ ਹੈ। ਜਲਦੀ ਦੇ ਨਾਲ ਆ ਜਾਓ ਟੀਮਾਂ, ਲੈ ਵੀ ਆ ਜਾਓ ਮਾਮੂ ਜੋਈਆ ਦੀ ਟੀਮ ਦੇ ਖਿਡਾਰੀ ਬਾਈ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣਗੇ।
ਹੈ ਵੀ ਤਿੰਨ ਤੇ ਚਾਰ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ। ਤਿੰਨ ਨੰਬਰ ਆ ਜਿਹੜੇ ਕੱਟਿਆਂ ਦੀ ਟੀਮ ਦੇ, ਚਾਰ ਨੰਬਰ ਕਾਲੀਆਂ ਦੀ ਟੀਮ ਦੇ ਆ, ਇੱਕ ਪਾਸੇ ਮੋਗੇ ਜ਼ਿਲ੍ਹੇ ਦੀ ਟੀਮ ਹੈ, ਇੱਧਰ ਕਹਿੰਦੇ ਜ਼ਿਲ੍ਹਾ ਫਾਜ਼ਿਲਕੇ ਦੀ ਟੀਮ ਹੈ ਮੇਰੇ ਮਿੱਤਰੋ। ਆਹ ਕਹਿੰਦੇ ਟੀਮਾਂ ਦੀ ਆਪਸ ਵਿੱਚ ਲਾਗਦਾ ਨਾ ਮੇਰੇ ਮਿੱਤਰੋ, ਅੱਖ ਕਹਿੰਦੇ ਮੈਲੀ ਆ ਮੁੰਡਿਆਂ ਦੀ, ਅੱਖ ਮੈਲੀ ਆ, ਤਿੰਨ ਤੋਂ ਚਾਰ ਹੁਣ ਕਿਹੜਾ ਖਿਡਾਰੀ ਕਰਦਾ ਆਪਣੀ ਟੀਮ ਦੇ ਲਈ ਨੰਬਰ ਦਾ ਵਾਧਾ ਕੌਣ ਕਰੂਗਾ। ਇੱਥੇ ਕਹਿੰਦੇ ਵਕਤ ਦੇ ਫੈਸਲੇ ਕਰਦੇ ਆ ਕਿ ਸਮੇਂ ਜਿਹਾ ਬਲਵਾਨ ਤੇ ਨਾ ਭਲਵਾਨ ਕੋਈ, ਆਖਿਰ ਵੱਡਿਆਂ ਵੱਡਿਆਂ ਦੀ ਗੱਲ ਲਾ ਦਿੰਦਾ, ਹਿੰਮਤ ਕਰਕੇ ਦੇਖ ਲਾ ਜੇ ਗੱਲ ਬਣ ਜਾਵੇ ਅੱਗੇ ਵਧਣ ਲਈ ਕੌਣ ਕਿਸੇ ਨੂੰ ਰਾਹ ਦਿੰਦਾ, ਤੇ ਬਾਕੀ ਦੁੱਖ ਤੇ ਸਾਰੇ ਹੱਸ ਕੇ ਜਰ ਜਾਈਏ। ਆਹ ਬੇਬੀ ਨੂੰ ਇੱਕ ਤੇਰਾ ਦੁੱਖ ਰਵਾ ਜਾਂਦਾ, ਆਹ ਬੇਬੀ ਨੂੰ ਇੱਕ ਤੇਰਾ ਦੁੱਖ ਰਵਾ ਜਾਂਦਾ। ਬਈ ਟਾਸ ਕਰੋ ਸਭ, ਬੜੀ ਮਿਹਰਬਾਨੀ ਹੋਵੇਗੀ, ਰੈਫਰੀ ਵੀ ਆ ਗਿਆ, ਦੋਨੋਂ ਟੀਮਾਂ ਟਾਸ ਕਰ ਲਓ ਪਲੀਜ਼। ਇੱਕ ਨੰਬਰ ਗਰਾਊਂਡ ਦੀਆਂ ਲਾਵੀ ਬਾਈ, ਕਿੰਨਾ ਪੁੱਤ ਕਿਤਾਬਾਂ ਕਰੀ ਆਉਂਦੇ ਯਾਰ ਬਾਈ, ਉਹ ਤਾਰੀ ਤੋੜੀ ਮਾਰਦਾ ਮੁੰਡਿਆਂ ਲਈ ਬਾਹ ਤਗੜਾ ਖੇਡੀ ਆਉਂਦੀਆਂ ਦੋਨੋਂ ਟੀਮਾਂ, ਚਾਰ ਚਾਰ ਕਦੋਂ ਹੋਣਗੇ ਵਧਾਈਆਂ ਵਾਲਿਆਂ ਤੇ ਮੋੜੀ ਆਉਂਦੇ ਹੇ ਬੱਲੇ 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 ਬਣਾਉਣੀ ਪੈਣੀ ਹੈ, ਉਹ ਵਾਰ ਕੋਈ ਲਾਉਣੀ ਪੈਣੀ ਹੈ, ਗੱਲ ਬਣਾਉਣੀ ਪੈਣੀ ਹੈ, ਪਰ ਹਾਲੇ ਗੱਲ ਨਹੀਂ ਬਣੀ। ਬੜਾ ਸੋਹਣਾ ਮੈਚ ਖੇਡਿਆ ਜਾ ਰਿਹਾ ਹੈ, ਤਿੰਨ ਨੰਬਰ ਦਾ ਵੀ ਦਰਸਾਦ ਗੋਲ ਦੀ ਮੈਂ ਨੇੜੇ ਨੇੜੇ ਜੀ, ਗੁਰੂ ਹਰ ਸਾਹਿਬ ਦੀ ਟੀਮ ਦਾ ਮੈਚ ਹੈ, ਫਿਰ ਇਹ ਟੀਮਾਂ ਤਿੰਨ ਤੇ ਆ ਜਾਓ, ਔਰ ਖੰਜਰਵਾਲ ਤੇ ਨੱਥੂ ਵਾਲਾ ਹਨੀ ਇਹ ਟੀਮਾਂ ਦੋ ਤੇ ਆਉਣਗੀਆਂ ਜੀ, ਮੇਰੀ ਬੇਨਤੀ ਹੈ। ਔਰ ਨਾਲ ਹੀ ਬਾਈ ਇਸ ਤੋਂ ਬਾਅਦ ਇੱਕ ਨੰਬਰ ਗਰਾਊਂਡ ਦੇ ਵਿੱਚ ਵੀ ਟੀਮਾਂ ਦੇ ਖਿਡਾਰੀ ਕਿਰਪਾ ਕਰਕੇ ਤਿਆਰ ਫਿਰ ਤਿਆਰ ਰਹਿਣਗੇ ਜੀ, ਭੁੱਲਰ ਤੇ ਵਜੀਰਪੁਰ ਦੀ ਟੀਮ ਦਾ ਮੈਚ ਲੋਕਾਂ ਦੀ ਕਹਿੰਦੇ ਕੱਲੀ ਕੱਲੀ ਅੱਖ ਖੜ ਗਈ ਗਰਾਊਂਡ ਨੰਬਰ ਦੋ ਤੇ ਵੀ ਐ ਕਹਿੰਦੇ ਬਾਹਲੇ ਪੜਾਕੇ ਪਈ ਆਉਂਦੇ ਆ ਆਹ ਮੈਚ ਦੇ ਵਿੱਚ, ਤੇ ਕਹਿੰਦੇ ਬਾਹਲਾ ਕੁੱਟ ਕਟਾਪਾ ਹੋਈ ਆਉਂਦਾ, ਕੌਣ ਜਿੱਤੂਗਾ ਤੇ ਕੌਣ ਸਿੱਖੂਗਾ ਚੱਲਦੇ ਹੋਏ ਮੈਚ ਦੇ ਵਿੱਚੋਂ। ਕਿਤੇ ਕਹਿੰਦੇ ਟਾਈਮ ਦੀ ਗੱਲਬਾਤ ਆ ਵੀ ਕਿਹੜੀ ਟੀਮ ਜਿੱਤਦੀ ਤੇ ਕਿਹੜੀ ਹਾਰਦੀ ਹੈ, ਰਾਜੇ ਖੇਲੇ ਗੱਲ ਹੋ ਗਈ ਆਰ ਪਾਰ ਦੀ, ਰਾਜੇ ਖੇਲੇ ਗੱਲ ਹੋ ਗਈ ਆਰ ਪਾਰ ਦੀ, ਸਿੱਧੂਆਂ ਦਾ ਮੁੰਡਾ ਹੈ, ਸਿੱਧੂਆਂ ਦੇ ਲਾਣੇ ਚ ਸੁਣੀ ਦਾ ਗੱਭਰੂ, ਥੋੜਾ ਮੋਟਾ ਤਾਂ ਹੋਊਗਾ ਰੌਲਾ ਗੌਲਾ ਲੜੇ, ਇਹ ਕਹਿੰਦੇ ਸਿੱਧੂਆਂ ਦੇ ਘਰਾਣੇ ਚੋਂ ਹੈ। ਪਰਵਾਲ ਫੌਲ ਹੈ, ਕਰਨੇ ਮੰਨਿਆ ਵੀ ਗਲਤੀ ਹੋਈ ਹੈ ਤੇ ਸਫਲਤਾ ਫੇਰ ਆਪਾਂ ਦੇਖਦੇ ਹਾਂ। ਲੋਕਾਂ ਦੇ ਕਿੱਧਰ ਘੱਟਿਆਂ ਦੀ ਟੀਮ ਦੇ ਖਾਤੇ ਵਿੱਚ ਜਾ ਜੁੜ ਗਈ ਹੈ ਵੀ ਯਾਦਾਂ ਉਹਦੀਆਂ ਨੇ, ਮੇਰਾ ਸਰਮਾਇਆ ਤੇ ਸ਼ੱਕ ਵੱਡ ਵੱਡ ਖਾਂਦੀਆਂ ਤੇ ਬੰਦਾ ਜਿੰਦੀਆਂ ਦੀ ਚੀਜ਼ਾਂ ਚਾਹੁੰਦਾ ਜ਼ਿੰਦਗੀ ਚ ਸਾਰੀਆਂ ਤੇ ਮਿਲ ਜਾਂਦੀਆਂ, ਆਹ ਬੰਦਾ ਜਿੰਦੀਆਂ ਦੀ ਚੀਜ਼ਾਂ ਚਾਹੁੰਦਾ ਜ਼ਿੰਦਗੀ ਚ ਸਾਰੀਆਂ ਤੇ ਮਿਲ ਜਾਂਦੀਆਂ। ਇੱਧਰ ਸਟੇਜ ਤੇ ਬਰਾਜਮਾਨ ਸਾਰੇ ਸਤਿਕਾਰਯੋਗ ਵੱਡੇ ਛੋਟੇ ਭਰਾਵਾਂ ਦਾ ਮੈਂ ਤੇ ਦਿਲੋਂ ਧੰਨਵਾਦ ਕਰਾਂਗਾ, ਆਸੇ ਪਾਸੇ ਦੇ ਪਿੰਡਾਂ ਤੋਂ ਜਿੰਨੀ ਵੀ ਸੰਗਤ ਆਈ ਹੈ ਮੈਚਾਂ ਨੂੰ ਵੇਖਣ ਦੇ ਲਈ ਸਾਰੇ ਵੀਰਾਂ ਦਾ ਦਿਲੋਂ ਸ਼ੁਕਰੀਆ। ਬਾਬਾ ਸ਼ਹੀਦ ਯੂਥ ਕਲੱਬ ਪਿੰਡ ਝਾੜੀ ਵਾਲਾ ਵੱਡਾ ਕਾਪਾ, ਤੇ ਕਹਿੰਦੇ ਮੇਰੇ ਮਿੱਤਰੋਂ ਪਹਿਲੇ ਰਾਊਂਡ ਦੇ ਵਿੱਚ ਹੀ ਲਾਲਾ ਲਾਲਾ ਹੋ ਗਈ ਆ, ਵੀ ਲਾਲਾ ਲਾਲਾ ਹੋ ਗਈ ਖਾਣਾ ਕਿਹਾ ਹੰਬਦੀ ਤੇ ਘਰੋ ਘਰੀ ਤੋਰ ਤੇ ਸੱਚਾ ਤੇ ਪੰਨ ਦੀ ਵਿੱਚ ਪੈ ਗਏ ਬੰਦੇ ਕੁਝ ਜ਼ਿੰਮੇਵਾਰ ਦੀ ਤੇ ਸ਼ੁਰੂ ਹੋ ਗਈ ਫੇਰ ਤੋਂ ਦੁੱਲੇ ਦੀ ਵਾਰ ਜੀ, ਸ਼ੁਰੂ ਹੋ ਗਈ ਫਿਰ ਤੋਂ ਦੁੱਲੇ ਦੀ ਵਾਰ ਜੀ। ਸਾਡਾ ਵੀਰ
ਲੈ ਚਾਰ ਚਾਰ ਦੀ ਬਰਾਬਰੀ, ਪੰਜਵਾਂ ਨੰਬਰ ਕੌਣ ਜੋੜੂਗਾ ਇਹ ਵੀ ਕਹਿੰਦੇ ਵਕਤ ਨੇ ਫੈਸਲੇ ਕਰਨੇ ਆ। ਉਧਰ ਗੁਰੀ ਆ, ਇਧਰ ਵਧਾਈਆਂ ਵਾਲਾ ਰੀਕੂ ਆ, ਰਾਜਦੀਪ ਵਰਗੇ ਦੁਨੀਆਂ ਦੇ ਕਹਿੰਦੇ ਮੰਨੇ ਪ੍ਰਸਿੱਧੇ ਖਿਡਾਰੀ ਅੱਜ ਕਹਿੰਦੇ ਪਹਿਲੇ ਰਾਊਂਡ ਦੇ ਵਿੱਚ ਹੀ ਭਿੜ ਗਏ ਆ ਵੀ ਪੈਂਦੇ ਬਿਨਾ ਢੋਲ ਤੋਂ ਭੰਗੜੇ ਤੇ ਦੁਨੀਆਂ ਤੇਜ਼ੀ ਖੜ ਖੜ ਕੇ ਨਵੇਂ ਪਿੰਡ ਦਾ ਰਾਜਾ ਖੇਲਾ ਲਿਖਦਾ ਆਉ ਲਿਖਦਾ ਕੋਕੇ ਚੜ ਚੜ ਕੇ ਨਵੇਂ ਪਿੰਡ ਦਾ ਰਾਜਾ ਖੇਲਾ ਲਿਖਦਾ ਕੋਕੇ ਚੜ ਚੜ ਕੇ ਗੁਰੀ ਕਾਲੀ ਵਾਲੇ ਪਿੰਡ ਦਾ ਗਲਤੀ ਕਰ ਗਿਆ। ਲਾਗੀ ਪੰਜ ਹੋ ਗਏ ਨਾ ਵੱਡਾ ਧੰਨਵਾਦ ਹੈ ਜਿੰਨੇ ਵੀ ਭਰਾ ਲਾਈ ਤੱਕ ਰਹੇ ਹੈ ਸਾਰੇ ਪੇਜਾਂ ਦੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਕਰਾਂਗਾ। ਔਰ ਇਸ ਤੋਂ ਬਾਅਦ ਮੇਰੇ ਨੱਥੂ ਵਾਲਾ ਹਨੀ ਤੇ ਖੰਜਰਵਾਲ ਇਹ ਟੀਮਾਂ ਦੇ ਖਿਡਾਰੀ ਵੀਰ ਕਿਰਪਾ ਕਰਕੇ ਨੇੜੇ ਆ ਜਾਣਗੇ। ਮੇਰੀ ਗੁਜ਼ਾਰਿਸ਼ ਆ ਬੇਨਤੀ ਆ ਵੀਰਾਂ ਨੂੰ ਬਹੁਤ ਵੱਡਾ ਧੰਨਵਾਦ ਹੋਵੇਗਾ। ਲਓ ਸਾਹਮਣੇ ਇੱਧਰ ਵਧਾਈਆਂ ਵਾਲਾ ਕਹਿੰਦੇ ਭਾਉ ਨਾ ਚਾਹੁੰਦਾ ਦੀ ਗਲਤੀ ਦੇ ਵੱਡੀ ਕਰ ਗਿਆ ਵੀ ਇੱਕਣਾ ਦੇ ਘਰ ਪੁੱਤ ਪੁੱਤਾਂ ਘਰ ਪੁੱਤਰੇ ਤੇ ਇੱਕਣਾ ਦੇ ਘਰ ਧੀ ਧੀਆਂ ਘਰ ਪੁੱਤਰੇ ਇੱਕਣਾ ਦੇ ਘਰ ਇੱਕ ਤੇ ਉਹ ਵੀ ਜਾਏ ਮਰ ਕੌਣ ਆਖੇ ਸਾਹਿਬ ਨੂੰ ਇੰਜ ਨੀ ਬਲਜਿੰਦਰ ਕਮਾਣਾ ਜੀ ਇੱਕ ਨੰਬਰ ਦਾ ਨਿੱਟ ਕਸ ਦਿਓ ਬਲਜਿੰਦਰ ਕਮਾਣਾ ਸਾਡਾ ਵੀਰ ਜਿੱਤੇ ਵਾਸ ਹੁੰਦਾ ਹੈ ਬੇਨਤੀ ਜੀ ਇੱਕ ਨੰਬਰ ਦਾ ਨਿੱਟ ਕਸ ਦਈਏ ਆਪਾਂ ਮੈਚ ਖੜਾ ਆਪਣਾ ਬਲਜਿੰਦਰ ਕਮਾਣਾ ਹੈ ਨਵੀਂ ਕਸਦੀ ਨੈਟ ਆਪਾਂ ਇਹ ਫੇਰ ਲੱਗ ਰਿਹਾ ਇੱਥੋਂ ਹੀ ਕਸਾ ਜਾਣਾ ਹੋਰ ਆ ਸਿਸਟਮ ਇੱਦਾਂ ਹੀ ਕਸਾ ਜਾਣਾ ਇਹ ਠੀਕ ਹੈ ਜੀ ਉਧਰ ਦੇ ਪਾਸੇ ਰਾਜੂ ਭਾਊ ਉਹਨਾਂ ਦੇ ਫਾਦਰ ਸਾਹਿਬ ਵੀ ਜਿਹੜੇ ਖੇਡ ਦੇ ਤੌਰ ਤੇ ਪੁੱਜੇ ਆ ਬਹੁਤ ਬਹੁਤ ਧੰਨਵਾਦ ਤੇ ਨਾਲ ਹੀ ਸਾਡੇ ਬੜੇ ਮਾਣ ਤੇ ਸਤਿਕਾਰ ਦੇ ਮਨਮੀਤ ਸਿੰਘ ਮੀਨੂ ਬਰਾੜ ਉਹ ਵੀ ਸਾਡੇ ਦਰਮਿਆਨ ਜਿਹੜੇ ਉਚੇਚੇ ਤੌਰ ਤੇ ਪੁੱਜੇ ਆ ਰਵਿੰਦਰ ਸਿੰਘ ਜੀ ਆਵਲਾ ਉਹ ਕਿਸੇ ਕਾਰਨ ਜਿਹੜੇ ਸਾਡੇ ਦਰਮਿਆਨ ਨਹੀਂ ਪੁੱਜ ਸਕੇ ਪਰ ਸਾਡੇ ਦਰਮਿਆਨ ਜਿਹੜੇ ਮਨਮੀਤ ਸਿੰਘ ਮੀਨੂ ਬਰਾੜ ਉਹਨਾਂ ਦੀ ਇੱਕ ਬਹੁਤ ਵੱਡੀ ਜਿਹੜੀ ਹਾਜ਼ਰੀ ਹੈ ਸਾਰੀ ਪ੍ਰਬੰਧਕੀ ਕਮੇਟੀ ਦੇ ਵੱਲੋਂ ਅਸੀਂ ਬਹੁਤ ਵੱਡਾ ਧੰਨਵਾਦ ਕਰਾਂਗੇ ਉਹ ਜਿਹੜੇ ਦੋ ਸ਼ਬਦ ਸਾਡੇ ਨਾਲ ਜਿਹੜੇ ਸਾਂਝੇ ਕਰਨਗੇ ਬਹੁਤ ਬਹੁਤ ਧੰਨਵਾਦ ਕਰਿਓ ਕਰਿਓ ਸ਼ੇਅਰ ਬਾਈ ਜੀ ਇੱਕ ਇੱਕ ਸ਼ੇਅਰ ਕਰ ਦਿਓ ਜਿੰਨੇ ਜਾਣੇ ਲਾਈਵ ਦੇਖ ਰਹੇ ਹੋ ਬਹੁਤ ਸੋਹਣਾ ਮੈਚ ਹੈ ਵੀਰੇ ਫਾਈਨਲ ਵਰਗੀ ਟੱਕਰ ਵਰਗਾ ਮੈਚ ਹੈ ਬਾਈ ਜੀ ਬੱਚਿਆਂ ਦਾ ਧਿਆਨ ਖੇਡਾਂ ਵਾਲੇ ਪਾਸੇ ਲਾਇਆ ਜਾਵੇ ਇਸ ਕਰਕੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਪ੍ਰਮਾਤਮਾ ਇਹਨਾਂ ਨੂੰ ਇਸ ਪਾਸੇ ਵੀ ਵਾਹਿਗੁਰੂ ਮਿਹਰ ਕਰੇ ਇਹਨਾਂ ਤੇ ਜਿਹੜੇ ਅੱਗੇ ਤੋਂ ਇਹਨੂੰ ਵੀ ਵੱਡਾ ਟੂਰਨਾਮੈਂਟ ਕਰਾਉਣ ਤਾਂ ਜੋ ਸਾਡੇ ਪਿੰਡ ਦਾ ਨਾਮ ਇਸ ਤੋਂ ਵੀ ਅੱਗੇ ਜਾ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਚਮਕਾਉਣ ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਕਲੱਬ ਦੇ ਪ੍ਰਧਾਨ ਨੂੰ ਤੇ ਕਲੱਬ ਦੀ ਸਾਰੀ ਕਮੇਟੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਤੇ ਨੰਬਰਦਾਰ ਸਾਹਿਬ ਵੱਲੋਂ ਇਹਨਾਂ ਦਾ ਪ੍ਰਬੰਧ ਵੇਖ ਕੇ ਇਹਨਾਂ ਨੂੰ 2100 ਰੁਪਏ ਦਾ ਨੰਬਰਦਾਰ ਸਾਹਿਬ ਸਿੰਘ ਵੱਲੋਂ 2100 ਰੁਪਇਆ ਇਨਾਮ ਦਿੰਦੇ ਆ ਕਲੱਬ ਨੂੰ ਇਹਨਾਂ ਨੇ ਪ੍ਰਬੰਧ ਬਹੁਤ ਵਧੀਆ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਇੱਕ ਮੇਰੇ ਡਿਊਟੀ ਲਾਈ ਸੀ ਰਵਿੰਦਰ ਸਿੰਘ ਆਲਾ ਜੀ ਨੇ ਸਾਬਕਾ MLA ਜਲਾਲਾਬਾਦ ਜੀ ਨੇ ਉਹ ਕੁਝ ਕਾਰਨਾਂ ਕਰਕੇ ਪਹੁੰਚ ਨਹੀਂ ਸਕੇ ਹੈਦਰਾਬਾਦ ਗਏ ਸੀ ਵਾਪਸ ਨਹੀਂ ਆ ਸਕੇ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਉਹਨਾਂ ਵੱਲੋਂ ਕਲੱਬ ਲਈ 31,000 ਰੁਪਇਆ ਇਨਾਮ ਦਿੱਤਾ ਗਿਆ ਹੈ ਜਿਹੜਾ ਕਲੱਬ ਦੇ
31,000 ਰੁਪਇਆ ਮੇਰੇ ਤੋਂ ਆਪਣੇ ਕਲੱਬ ਵਾਲੀ ਕਮੇਟੀ ਆ ਕੇ ਪ੍ਰਾਪਤ ਕਰ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ, ਹਾਂਜੀ, ਅਸੀਂ ਮੀਨੂ ਬਰਾੜ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਪਹਿਲਾਂ 11,000 ਰੁਪਇਆ ਦੇ ਕੇ ਹੌਸਲਾ ਵਜਾਈ ਕਰਕੇ ਆਖਿਆ ਸੀ ਤੁਸੀਂ ਟੂਰਨਾਮੈਂਟ ਕਰਾਓ, ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ। ਉਹਨਾਂ ਬਾਈਆਂ ਨੂੰ ਨੰਬਰਦਾਰ ਸਾਹਿਬ ਨੂੰ ਪ੍ਰਬੰਧ ਵਧੀਆ ਲੱਗੇ ਕਲੱਬ ਦੇ, ਉਹਨਾਂ ਨੇ ਮੌਕੇ ਤੇ ਸਾਨੂੰ 2100 ਰੁਪਇਆ ਦਿੱਤਾ। ਬਹੁਤ ਬਹੁਤ ਧੰਨਵਾਦ ਨੰਬਰਦਾਰ ਸਾਹਿਬ ਜੀ ਦਾ। ਦੂਜੀ ਬੇਨਤੀ, ਜੋ ਕਿ ਰਵਿੰਦਰ ਸਿੰਘ ਆਵਲਾ MLA ਸਾਬਕਾ ਜਲਾਲਾਬਾਦ ਤੋਂ, ਉਹ ਆਪ ਪਹੁੰਚ ਨਹੀਂ ਸਕੇ ਤੇ ਉਹਨਾਂ ਦੀ ਡਿਊਟੀ ਬਾਈ ਮੀਨੂ ਬਰਾੜ ਦੀ ਲਾਈ ਸੀ, ਉਹਨਾਂ ਨੇ ਸਾਨੂੰ 31,000 ਰੁਪਇਆ ਦਿੱਤਾ। ਅਸੀਂ ਕਲੱਬ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਆਉਂਦੇ ਟੂਰਨਾਮੈਂਟ ਤੇ ਵੀ ਬਾਈ ਮੀਨੂ ਬਰਾੜ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਜਿਸ ਤਰ੍ਹਾਂ ਇਸ ਵਾਰ ਸਾਡਾ ਸਹਿਯੋਗ ਦਿੱਤਾ, ਅਗਲੇ ਟੂਰਨਾਮੈਂਟ ਤੇ ਇਸ ਤੋਂ ਵੀ ਵੱਧ ਸਾਡਾ ਸਹਿਯੋਗ ਦੇਣ ਤੇ ਅਸੀਂ ਇਸੇ ਤਰ੍ਹਾਂ ਹੀ ਆਪਣੇ ਕਲੱਬ ਵਿੱਚ ਏਕਤਾ ਬਣਾਈ ਰੱਖੀਏ, ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰੀਏ ਪਿੰਡ ਦੇ ਵਿਕਾਸ ਦੇ ਲਈ। ਬਹੁਤ ਬਹੁਤ ਧੰਨਵਾਦ ਬਾਈ ਮੀਨੂ ਬਰਾੜ ਜੀ ਦਾ। ਅਸੀਂ ਬੇਨਤੀ ਕਰਦੇ ਤੁਸੀਂ ਮੈਚ ਦੇਖ ਕੇ ਜਾਣਾ ਜੀ, ਧੰਨਵਾਦ। ਇੱਕ ਸਨਮਾਨ ਕਰਨਾ ਜੀ, ਸੁਰਿੰਦਰ ਸਿੰਘ ਛਿੰਦਾ ਲੈਂਡਮੈਨ ਜੋ ਕਿ ਸਾਡੇ ਬਿਜਲੀ ਘਰ ਚ ਲੰਮੇ ਸਮੇਂ ਤੋਂ ਡਿਊਟੀ ਨਿਭਾ ਰਹੇ ਆ, ਉਹਨਾਂ ਦਾ ਵੀ ਮੌਕੇ ਤੇ ਮਾਣ ਸਨਮਾਨ ਕਰ ਰਹੇ ਹਾਂ। ਇੱਕ ਸਾਡਾ ਵੀਰ ਸਨਮਾਨ ਬਰਾੜ ਕਨੇਡਾ, ਉਹਨਾਂ ਦੇ ਫਾਦਰ ਸਾਹਿਬ ਸਰ ਰਾਜਾ ਜੀ ਪਹੁੰਚੇ ਆ, ਉਹਨਾਂ ਨੂੰ ਵੀ ਬੇਨਤੀ ਆ ਵੀ ਸਨਮਾਨ ਲੈਣ, ਜਿਨ੍ਹਾਂ ਨੇ ਸਾਨੂੰ 21,000 ਰੁਪਇਆ ਭੇਜਿਆ ਸੀਗਾ ਤੇ ਕੱਲ ਜੋ ਵੀ ਕਬੱਡੀ ਦੇ ਮੈਚ ਕਰਵਾਏ ਇਹਨਾਂ ਦੀ ਰਹਿਨਮਾਈ ਹੇਠ ਕਰਵਾਏ, ਬਹੁਤ ਬਹੁਤ ਧੰਨਵਾਦ। ਜੋ ਕਿ ਇਸ ਪਿੰਡ ਦੀ ਆਨ ਤੇ ਸ਼ਾਨ ਕਮਲਜੀਤ ਸਿੰਘ ਰਾਜਾ ਜੀ ਕਰਨ ਸਕੋਰ ਕਰਨ ਸਕੋਰ ਚਾਰ ਇੱਕ ਸਾਡੇ ਵਿਚਕਾਰ ਇਸ ਪਿੰਡ ਦੇ ਆਮ ਤੇ ਸ਼ਾਨ ਜੋ ਕਿ ਜੀਰਾ ਵਿੱਚ ਰਹਿੰਦੇ ਨੇ ਗੁਰਵੀਰ ਬਰਾੜ ਜੀਰਾ ਜੀ, ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਤੇ ਮੰਚ ਤੇ ਆ ਕੇ ਮਾਨ ਸਨਮਾਨ ਪ੍ਰਾਪਤ ਕਰਨ, ਜਿਨ੍ਹਾਂ ਨੇ ਆਪਣੇ ਪਿੰਡ ਨੂੰ ਯਾਦ ਰੱਖਦੇ ਹੋਇਆ ਸਾਨੂੰ ਮਾਇਆ ਦੀ ਸਹਿਯੋਗ ਵੀ ਭੇਜਿਆ, ਬਹੁਤ ਬਹੁਤ ਧੰਨਵਾਦ। ਇੱਕ ਬਾਈ ਮੀਨੂ ਬਰਾੜ ਜੀ ਵੱਲੋਂ ਬੇਨਤੀ ਹੈ ਜੋ ਕਿ ਕਮਲਜੀਤ ਸਿੰਘ ਰਾਜਾ ਜੀ, ਪਹਿਲੀ ਗੱਲ ਤਾਂ ਕਿਸੇ ਨੂੰ ਦੱਸਣ ਦੀ ਗੱਲ ਹੀ ਨਹੀਂ, ਜਿਨ੍ਹਾਂ ਨੇ ਕਬੱਡੀ ਲਈ ਸਾਡੇ ਵਿਚਕਾਰ ਗੁਰਵੀਰ ਬਰਾੜ ਜੀ ਦਾ ਜੋ ਵੀ ਪਹੁੰਚੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਬਾਈ ਮੀਨੂ ਬਰਾੜ ਜੋ ਕਿ ਸਨਮਾਨ ਕਰ ਰਹੇ ਆ ਇਹਨਾਂ ਦਾ ਬਹੁਤ ਤਹਿ ਦਿਲ ਤੋਂ ਧੰਨਵਾਦ। ਇੱਕ ਜੋ ਕਿ ਡਾਇਮੰਡ ਸਪੋਂਸਰ ਸਾਡੇ ਵਿਚਕਾਰ ਨਹੀਂ ਪਹੁੰਚ ਸਕੇ ਕੁਲਦੀਪ ਸਿੰਘ ਬਰਾੜ, ਜਿਨ੍ਹਾਂ ਨੇ ਇਸ ਟੂਰਨਾਮੈਂਟ ਲਈ 25,000 ਰੁਪਇਆ ਦਿੱਤਾ ਸੀਗਾ, ਉਹ ਡਾਇਮੰਡ ਸਪੋਂਸਰ ਸਾਡੇ ਵਿਚਕਾਰ ਨਹੀਂ ਪਹੁੰਚੇ ਕਿਉਂਕਿ ਕੁਝ ਘਰਾਂ ਦੀਆਂ ਮਜਬੂਰੀਆਂ ਕਰਕੇ, ਜਿਨ੍ਹਾਂ ਦਾ ਉਹਨਾਂ ਦਾ ਸਨਮਾਨ ਅਸੀਂ ਬਾਈ ਮੀਨੂ ਬਰਾੜ ਜੀ ਨੂੰ ਕਰ ਰਹੇ ਹਾਂ, ਇਸ ਲਈ ਵੀ ਬਹੁਤ ਬਹੁਤ ਧੰਨਵਾਦ ਕੁਲਦੀਪ ਬਰਾੜ ਜੀ ਦਾ, ਜਿਨ੍ਹਾਂ ਨੇ ਸਾਡੇ ਮੋਢੇ ਨਾਲ ਮੋਢਾ ਜੋੜ ਕੇ 25,000 ਰੱਖਿਆ। ਤੇ ਉਹਨਾਂ ਦੇ ਵੱਲੋਂ ਇੱਕ ਹੋਰ ਬੇਨਤੀ ਆਈ ਆ, ਜਿੰਨੇ ਕਲੱਬ ਵਾਲੇ ਮੈਂਬਰ ਆਉਂਦੇ ਟੂਰਨਾਮੈਂਟ ਤੇ ਮਾਇਆ ਦੀ ਸਹਿਯੋਗ ਮੰਗਣਗੇ ਉਸ ਤੋਂ ਵੀ ਵੱਧ ਉਹਨਾਂ ਨੇ ਵੱਲੋਂ ਬੇਨਤੀ ਵੀ ਕਰਾਂਗੇ, ਬਹੁਤ ਬਹੁਤ ਧੰਨਵਾਦ ਕੁਲਦੀਪ ਬਰਾੜ ਜੀ ਦਾ। ਇੱਕ ਅਸੀਂ ਕਲੱਬ ਵੱਲੋਂ ਬਾਈ ਮੀਨੂ ਬਰਾੜ ਜੀ ਦਾ ਸਨਮਾਨ ਕਰ ਰਹੇ ਹਾਂ ਜੋ ਕਿ ਇੱਥੇ ਪਹੁੰਚੇ ਆ, ਜੋ ਕਿ ਅੰਤਰਰਾਸ਼ਟਰੀ ਖਿਡਾਰੀ ਰਾਜੂ ਭਾਊ ਘਾਂਗਾ
ਜੋ ਕਿ ਸਾਡੇ ਵਿਚਕਾਰ ਨਹੀਂ ਪਹੁੰਚਿਆ ਜੀ ਮੈਚ ਖੇਡਣ ਗਏ, ਉਹਨਾਂ ਦੇ ਫਾਦਰ ਸਾਹਿਬ ਪਹੁੰਚੇ ਆ, ਉਹਨਾਂ ਨੂੰ ਬੇਨਤੀ ਕਰਦੇ ਆ ਵੀ ਸਾਡੇ ਵਿਚਕਾਰ ਆ ਕੇ ਮਾਣ ਸਨਮਾਨ ਪ੍ਰਾਪਤ ਕਰਨ। ਉਹ ਹੱਥਾਂ ਦੇ ਤਾਂ ਵੇਖ ਪੱਟੇ ਵਾਲੀ ਫਿਰਦਾ, ਸਪੀਡ ਕੀ ਪੈਣੀ। ਦੀਪ ਸਿੰਘ ਵਾਲੇ ਵੀ ਬੜਾ ਤਕੜਾ ਖੇਡਿਆ ਸੀ, ਜੇ ਮੀਂਹ ਨਾ ਆਉਂਦਾ ਨਾ ਫਿਰ ਇਹਨਾਂ ਨੇ ਜਿੱਤੇ ਜਾਣਾ। ਜੋ ਕਿ ਰਾਜੂ ਭਾਊ ਕਾਂਗਾ ਅੰਤਰਰਾਸ਼ਟਰੀ ਕਬੱਡੀ ਪਲੇਅਰ ਆ, ਜੋ ਕਿ ਨਹੀਂ ਪਹੁੰਚ ਸਕੇ ਸਾਡੇ ਇਲਾਕੇ ਦਾ, ਉਹਨੇ ਨਾਮ ਰੋਸ਼ਨ ਕੀਤਾ ਉਹਦਾ, ਅਸੀਂ ਕਲੱਬ ਵੱਲੋਂ 5100 ਰੁਪਈਆ ਨਗਦ ਰਾਸ਼ੀ ਨਾਲ ਤੇ ਇੱਕ ਸਨਮਾਨ ਚਿੰਨ੍ਹ ਦੇ ਕੇ। ਬਹੁਤ ਬਹੁਤ ਧੰਨਵਾਦ ਜੋ ਕਿ ਸਾਡੇ ਇਲਾਕੇ ਦਾ ਹੋਣਹਾਰ ਪਲੇਅਰ ਅੰਤਰਰਾਸ਼ਟਰੀ ਰਾਜੂ ਭਾਊ, ਉਹਨਾਂ ਦੇ ਫਾਦਰ ਸਾਹਿਬ ਪਹੁੰਚੇ ਆ, ਉਹਨਾਂ ਨੂੰ 5100 ਰੁਪਈਆ ਨਗਦ ਅਸੀਂ ਕਲੱਬ ਵੱਲੋਂ ਦੇ ਕੇ ਮਾਣ ਸਨਮਾਨ ਦੇ ਰਹੇ ਹਾਂ। ਬਹੁਤ ਬਹੁਤ ਧੰਨਵਾਦ ਉਹਨਾਂ ਫਾਦਰ ਸਾਹਿਬ ਦਾ ਜੋ ਸਾਡੇ ਵਿਚਕਾਰ ਪਹੁੰਚੇ ਆ ਤੇ ਜੋ ਕਬੱਡੀ ਦੇ ਕੱਲ੍ਹ ਮੈਚ ਕਰਵਾਇਆ, ਰਾਜੂ ਭਾਊ ਨੇ ਸਾਡਾ ਬਹੁਤ ਸਹਿਯੋਗ ਦਿੱਤਾ, ਬਹੁਤ ਬਹੁਤ ਧੰਨਵਾਦ ਬਾਈ ਜੀ। ਹਾਂਜੀ ਬਾਈ ਸ਼ੇਅਰ ਕਰਿਓ ਇੱਕ ਇੱਕ ਜਿੰਨੇ ਜਾਣੇ ਲਾਈਵ ਦੇਖ ਰਹੇ ਹੋ। ਬਹੁਤ ਬਹੁਤ ਧੰਨਵਾਦ, ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ, ਇਹ ਇੱਥੇ ਸਪਸ਼ਟ ਕਰਨਾ ਹੋਈਆਂ। ਬਾਈ ਮੀਨੂ ਬਰਾਨ ਨੇ ਮੌਕੇ ਤੇ ਰਵਿੰਦਰ ਸਿੰਘ ਆਵਲਾ ਜੀ ਦਾ 31,000 ਰੁਪਈਆ ਦੇ ਕੇ ਸਾਡਾ ਸਹਿਯੋਗ ਕੀਤਾ, ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਇਹ ਹੁੰਦੀਆਂ ਯਾਰੀਆਂ ਫੱਟੇ ਤੇ ਗੱਡੇ ਗੱਲ ਵਰਗੀਆਂ। ਇੱਕ ਹੋਰ ਬੇਨਤੀ ਆ, DSP ਸਾਹਿਬ ਪਹੁੰਚ ਚੁੱਕੇ ਆ ਸਾਡੇ ਵਿਚਕਾਰ, ਕਲੱਬ ਵਾਲੇ ਮੈਂਬਰਾਂ ਨੂੰ ਬੇਨਤੀ ਕਰਦਾ ਤੇ ਬਾਈ ਜੀ ਬੇਨਤੀ ਕਰਦਾ ਮਾੜਾ ਜਿਹਾ ਨੌਜਵਾਨਾਂ ਨੂੰ ਵੀ ਸਟੇਜ ਤੋਂ ਮਾੜਾ ਜਿਹਾ ਇੱਧਰਲੇ ਪਾਸੇ। ਬਹੁਤ ਬਹੁਤ ਧੰਨਵਾਦ ਕਰਾਂਗੇ ਸਾਡੇ ਮਾਣ ਤੇ ਸਤਿਕਾਰ ਦੇ ਯੋਗ ਸਾਡੇ ਸ਼ਾਲੂ ਨਹੀਂ ਆਇਆ ਵੀਰੇ, ਸ਼ਾਲੂ ਨਹੀਂ ਆਇਆ ਬਾਈ ਜੀ, ਸ਼ਾਲੂ ਨਹੀਂ ਆਇਆ ਸੋਦੀ ਜੀ, ਉਹ ਸ਼ਾਲੂ ਨਹੀਂ ਆਇਆ ਵੀਰੇ, ਚੰਗੇ ਤੌਰ ਤੇ ਪਹੁੰਚੇ ਆ, ਬਹੁਤ ਵੱਡਾ ਧੰਨਵਾਦ। ਗੁਰੂ ਹਰ ਸਾਹਿਬ ਜੀ ਦੇ ਵੱਡੀਆਂ ਜਿਹੜੀਆਂ ਡਿਊਟੀਆਂ ਨੇ ਜ਼ਿਲ੍ਹੇ ਫਾਜ਼ਿਲਕੇ ਤੋਂ DSP ਉਦੋਂ ਸੋਨੀ ਜੀ ਸਾਡੇ ਦਰਮਿਆਨ ਜੀ ਨੂੰ ਚੇਤੇ ਤੌਰ ਤੇ ਪੁੱਜੇ ਆ ਪੰਜਾਬ ਪੁਲਿਸ ਤੋਂ, ਬਹੁਤ ਬਹੁਤ ਧੰਨਵਾਦ। ਬਾਈ ਨਹੀਂ ਆਇਆ ਵੀਰੇ, ਸ਼ਾਲੂ ਨਹੀਂ ਆਇਆ ਬਾਈ ਜੀ, ਚਾਰ ਤੇ ਨੌ ਦਾ ਮੁਕਾਬਲਾ ਜੀ, ਬਹੁਤ ਬਹੁਤ ਧੰਨਵਾਦ ਹੈ। ਨਾਲ ਹੀ 3 ਨੰਬਰ ਗਰਾਊਂਡ ਦੇ ਵਿੱਚ ਅਗਲਾ ਮੈਚ ਖੇਡਣ ਦੇ ਲਈ ਵਧਾਈਆਂ ਤੇ ਗੁਰੂ ਹਰ ਸਾਹਿਬ ਦੀ ਏਡ ਨਹੀਂ ਆਇਆ ਵੀਰੇ, ਕਦੇ ਕੱਖੋਂ ਹੌਲੇ ਰੰਗ ਕਮਾਈਆਂ ਰਹਿੰਦੀਆਂ ਤੇ ਸਦਾ ਦੀ ਹਾਲਾਤ ਰਹਿੰਦੇ ਮਾਰੇ ਬੰਦੇ ਦੇ, ਆਓ ਸਦਾ ਦੀ ਉਹ ਬੰਦਿਆ ਬਾਈ ਤਾੜੀ ਮਾਰੋ, ਉਹਦਾ ਵੀ ਨੀ ਮੁੱਲ ਪਾਇਆ ਸੱਪਾ ਲਿਆ ਜਿਹੜੀ ਉਹਦਾ ਦੇ ਚੰਦਰਾ ਮੁੱਲ ਜਾ ਪਾ ਦਿੰਦਾ, ਪਰ ਸਾਹਮਣੇ ਸਾਈਡਾਂ ਚੇਂਜ ਹੈ। ਲੈ ਵੀ ਬਾਈ ਦੇ ਹੁਣ ਤੱਕ ਮੈਚ ਵਧੀਆ ਲੱਗਿਆ ਨਾ,
ਇੱਕ ਵਾਰੀ ਦੋਨਾਂ ਟੀਮਾਂ ਲਈ ਤਾੜੀ ਜ਼ਰੂਰ ਮਾਰ ਦੋ ਮੇਰਾ ਬਲੀ ਬਣ ਕੇ। ਬਸ ਕੋਠੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ, 10-4 ਦਾ ਮੁਕਾਬਲਾ ਹੈ ਤੇ ਨੱਥੂ ਵਾਲਾ ਹੈ ਮੁੰਡੇ ਆਓ ਜੀ ਆਏ ਜੀ ਬਲਜਿੰਦਰ ਦੇਖਣਾ ਚਾਲੂ ਕਰ ਦੇ ਪੰਜਾਬ ਪੁਲਿਸ ਤੋਂ ਸਾਡੇ ਬੜੇ ਮਾਣ ਤੇ ਸਤਿਕਾਰ ਦੇ ਯੋਗ ਨੇ, ਉਹ ਵੀ ਸਾਡੇ ਦਰਮਿਆਨ ਜਿਹੜੇ ਉਚੇਚੇ ਤੌਰ ਤੇ ਪੁੱਜੇ ਅੱਜ ਦੇ ਮੁੱਖ ਮਹਿਮਾਨ ਤੇ ਜਿੰਨੇ ਵੀ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮਾਂ ਦੇ ਨਾਲ ਆਏ ਹੈ ਹੈਡ ਮਾਰ ਬਹੁਤ ਬਹੁਤ ਧੰਨਵਾਦ ਕਰਾਂਗੇ ਅਸੀਂ ਸਾਡੀ ਸਮਾਜਿਕ ਕਮੇਟੀ ਦੇ ਵੱਲੋਂ ਅੱਜ ਦੇ ਓਏ ਸੇਰ ਹੀ ਮਾਰ ਦਿੰਦਾ ਬਹੁਤ ਵੱਡੀ ਜਿਹੜੀ ਹਾਜ਼ਰੀ ਬਣੀ ਹੈ ਡੀਐਸਪੀ ਜ਼ਰੂਰ ਚਾਲੂ ਕਰ ਦੋ ਜੀ ਕਮਾਣੇ ਵਾਲੇ ਬਲਜਿੰਦਰ ਨੂੰ ਮੇਰੀ ਬੇਨਤੀ ਹੈ ਜਿੱਥੇ ਵੀ ਆਵਾਜ਼ ਸੁਣਦਾ ਹੋਵੇ ਮੇਰਾ ਭਾਈ ਬਲਜਿੰਦਰ ਲਾਈਟਾਂ ਜ਼ਰੂਰ ਚਾਲੂ ਕਰਕੇ ਜਾਓ ਬਾਈ ਜੀ ਫਿਰ ਇਸ ਤੋਂ ਬਾਅਦ ਮੈਚ ਆਪਣੇ ਕੋਲ ਲਾਈਟਾਂ ਜੀ ਖੇਡੇ ਜਾਣਗੇ ਬਾਈ ਆ ਜਾਓ ਜਲਦੀ ਚੱਲ ਮੁੰਨੇ ਲਓ ਸਾਹਮਣੇ 10-4 ਦਾ ਜਿਹੜਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਇਧਰਲੇ ਪਾਸੇ ਕਬੱਡੀ ਲੀਡ ਮੁੰਡਿਆਂ ਨੇ ਜਿਹੜੀ ਕਦੇ ਬਣਾ ਲਈ ਹੈ ਘੱਟਿਆਂ ਦੀ ਟੀਮ ਨੇ ਲਓ ਸਾਹਮਣੇ ਕਦੇ ਉਧਰਲੇ ਪਾਸੇ ਰਿੰਕੂ ਹੈ ਕਦੇ ਵਧਾਈ ਵਾਲਾ ਮੁੰਡਾ ਕਦੇ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੋਂ ਕਦੇ ਚੱਲ ਕੇ ਆਇਆ ਹੈ ਤੇ ਚਰਚੇ ਨੇ ਪਰ ਉਧਰਲੇ ਪਾਸੇ ਫੇਰ ਕਦੇ ਮਿਹਨਤ ਨੇ ਗਲਤੀ ਕਰ ਦਿੱਤੀ ਘੱਟਿਆਂ ਦੀ ਟੀਮ ਨੇ ਉੱਥੇ ਜਿਹੜੀ ਕਦੇ ਜਾ ਜੁੜ ਗਈ ਹੈ ਪਰਮਾਤਮਾ ਮਿਹਰ ਰੱਖੇ ਮੁੰਡੇ ਤੇ ਹਰ ਇਧਰਲੇ ਪਾਸੇ ਮੈਂ ਬੇਨਤੀ ਕਰਾਂਗਾ ਤਾਂ ਵੀ ਪ੍ਰਧਾਨ ਪਾਣੀ ਜ਼ਰੂਰ ਪਿਆ ਦੇ ਮੇਰਾ ਵੀਰ ਬਣ ਕੇ ਆਈ ਪ੍ਰਧਾਨ ਉਧਰਲੇ ਪਾਸੇ ਬਹੁਤ ਵੱਡਾ ਧੰਨਵਾਦ ਗੁਰਵੀਰ ਬਰਾੜ ਭਰਾ ਸਾਡਾ ਜੀਰੇ ਤੋਂ ਕਦੇ ਵਿਸ਼ੇਸ਼ ਤੌਰ ਤੇ ਪੁੱਜਿਆ ਬਹੁਤ ਵੱਡਾ ਧੰਨਵਾਦ ਉਸ ਵੀਰ ਦਾ ਵੀ ਕਦੇ ਮਾਨ ਸਨਮਾਨ ਸਾਡੀ ਸਾਰੀ ਪ੍ਰਬੰਧਕੀ ਕਮੇਟੀ ਦੇ ਵੱਲੋਂ ਵਿਸ਼ੇਸ਼ ਤੌਰ ਤੇ ਜਿਹੜਾ ਕੀਤਾ ਗਿਆ ਹੈ ਗੁਰਵੀਰ ਭਰਾ ਸਾਡਾ ਕਦੇ ਜੀਰੇ ਤੋਂ ਵਿਸ਼ੇਸ਼ ਤੌਰ ਤੇ ਜਿਹੜਾ ਪੁੱਜਿਆ ਹੈ ਵੱਡਾ ਧੰਨਵਾਦ ਐ ਨੀ ਕਦੇ ਵੱਡੇ ਜਿਹੜੇ ਕਾਰੋਬਾਰ ਨੇ ਭਰਾਵਾਂ ਸਾਡਿਆਂ ਦੇ ਟਰਾਂਸਪੋਰਟ ਦੇ ਤੇ ਵੱਡੇ ਜਿਹੜੇ ਚਰਚੇ ਹੁੰਦੇ ਨੇ ਲਓ ਇਧਰਲੇ ਪਾਸੇ ਮੁੰਡਾ ਫੇਰ ਕਦੇ ਸਫਲਤਾ ਆਪਣੀ ਟੀਮ ਦੇ ਹਿੱਸੇ ਜਿਹੜਾ ਕਿਤੇ ਜੋੜ ਗਿਆ ਹੈ ਵੀ ਕਦੇ ਉੱਤੇ ਕਦੇ ਥੱਲੇ ਕਦੇ ਪੂਰੀ ਬੱਲੇ ਬੱਲੇ ਕਦੇ ਤਾਂ ਸੰਭਾਲੇ ਸਾਥੋਂ ਜਾਂਦੇ ਨੋਟਾਂ ਕਦੇ ਕੱਖੋਂ ਹੌਲੇ ਨਾ ਕਮਾਈਆਂ ਰਹਿੰਦੀਆਂ ਤੇ ਸਦਾ ਨੀ ਹਾਲਾਤ ਰਹਿੰਦੇ ਮਾੜੇ ਬੰਦੇ ਤੇ ਸਦਾ ਨੀ ਜੋ ਬੰਦਿਆ ਉਹ ਚੜ੍ਹਾਈਆਂ ਰਹਿੰਦੀਆਂ ਸਦਾ ਨੀ ਹਾਲਾਤ ਰਹਿੰਦੇ ਮਾੜੇ ਬੰਦੇ ਤੇ ਸਦਾ ਨੀ ਜੋ ਬੰਦਿਆ ਵੱਡੇ ਮਾਨ ਸਨਮਾਨ ਹੋਣਗੇ ਵੱਡਾ ਧੰਨਵਾਦ ਹੈ 27 ਕਹਿੰਦੇ ਮਾਰਚ ਕੋਟ ਭਾਈ ਦੇ 31 ਦੇ ਵੱਡੇ ਬਿੱਲ ਦੀ ਹੋਵੇਗੀ ਹੈ ਪਰ ਅੱਜ ਕਹਿੰਦੇ ਝਾੜੀਆਂ ਦੀ ਧਰਤੀ ਹੈ ਤੇ ਕਹਿੰਦੇ ਬਾਲੀਵਾਲ ਮੀਡੀਅਮ ਦੇ ਬੜੇ ਚੋਟੀ ਚੋਟੀ ਦੇ ਮੈਚ ਖੇਡੇ ਜਾ ਰਹੇ ਹੈ ਪਹਿਲੇ ਰਾਊਂਡ ਦੇ ਵਿੱਚ ਹੀ ਖੱਡਾ ਕਦੇ ਪੂਰਾ ਖੜਕ ਗਿਆ ਮੇਰੇ ਮਿੱਤਰੋ ਉਹ ਗੱਲਾਂ ਕਦੇ ਲੱਗ ਰਹੀਆਂ ਨੇ ਟਿਕਾਣੇ ਲੈ ਵੀ ਇੱਧਰ ਇੱਕ ਪੋਲ ਦੀਆਂ ਲਾਈਟਾਂ ਵੀ ਚੱਲੀਆਂ ਲਾਈਟਾਂ ਜ਼ਰੂਰ ਚਾਲੂ ਕਰ ਦਿਓ ਜੀ 2 ਨੰਬਰ ਗਰਾਊਂਡ ਦੇ ਵਿੱਚ ਇੱਕ ਪੋਲ ਤੇ ਲਾਈਟਾਂ ਜਿਹੜੀਆਂ ਚੱਲੀਆਂ ਨੇ ਮੇਰਾ ਵੀਰ ਬਣ ਕੇ
ਮੇਰੀ ਬੇਨਤੀ ਹੈ। ਉਧਰ ਹਰਜੀਤ ਕੋਚ ਬੁੱਗੀ ਵਾਲੇ ਉਹ ਵੀ ਜਿਹੜੇ ਵਿਸ਼ੇਸ਼ ਤੌਰ ਤੇ ਪੁੱਜੇ ਆ, ਬਹੁਤ ਵੱਡਾ ਧੰਨਵਾਦ ਹੈ ਹਰਜੀਤ ਕੋਚ ਸਾਡੇ ਬੁੱਗੀ ਵਾਲੇ ਉਹ ਵੀ ਜਿਹੜੇ ਉਚੇਚੇ ਤੌਰ ਤੇ ਪੁੱਜੇ ਆ, ਬਹੁਤ ਬਹੁਤ ਧੰਨਵਾਦ ਹੈ। ਇਧਰਲੇ ਪਾਸੇ ਰਿੰਕੂ ਕਦੇ ਵਧਾਈਆਂ ਵਾਲਾ ਪੰਡਾ ਕਦੇ ਖੇਡ ਮੈਦਾਨ ਦੇ ਵਿੱਚ ਟੀਮ ਕਹਿੰਦੇ ਘੱਟਿਆਂ ਦੀ ਟੀਮ ਦੇ ਲਈ ਮੁੰਡੇ ਨੇ ਕਹਿੰਦੇ ਕਈ ਮੇਲੇ ਜਿਹੜੇ ਕਦੇ ਜਿੱਤੇ ਆ ਤੇ ਗੱਲਾਂ ਬਾਤਾਂ ਕਦੇ ਖੁਸ਼ੀ ਦੀਆਂ ਹੁੰਦੀਆਂ ਨੇ। ਪਿਛਲੇ ਕਦੇ ਕਈ ਮੇਲਿਆਂ ਦਾ ਮੁੰਡਾ ਕਹਿੰਦੇ ਬੈਸਟ ਬਣਿਆ ਹੈ, 14 ਮੇਲਿਆਂ ਦਾ ਬੈਸਟ ਲੈਣ ਦਾ ਕਹਿੰਦੇ ਵੱਡਾ ਜੇ ਕਹਿੰਦੇ ਰਿਕਾਰਡ ਜਿਹੜਾ ਹਾਸਲ ਕੀਤਾ ਖੁਸ਼ੀ ਨੇ ਤੇ ਚਰਚੇ ਕਹਿੰਦੇ ਆਲਮਵਾਲ ਦੀ ਧਰਤੀ ਤੇ ਆਹ ਮੁੰਡਾ ਕਹਿੰਦੇ ਇੱਕ LED ਦਾ ਜੇਤੂ ਬਣਿਆ ਹੈ ਤੇ ਗੱਲਾਂ ਕਦੇ ਖੁਸ਼ੀ ਦੀਆਂ ਹੋਈਆਂ ਨੇ, ਕਦੇ ਸੋਨੇ ਦੀ ਮੁੱਦੀ ਦਾ ਜੇਤੂ ਬਣਿਆ ਮੁੰਡਾ ਵੱਡੇ ਵੱਡੇ ਖੇਡ ਮੇਲਿਆਂ ਤੋਂ ਮੁੰਡੇ ਨੇ ਕਹਿੰਦੇ ਅਨੇਕਾਂ ਜਿਹੜੀਆਂ ਕਦਕ ਰਾਸ਼ੀਆਂ ਜਿੱਤੀਆਂ ਕਹਿੰਦੇ ਵੱਡੇ ਵੱਡੇ ਮੇਲਿਆਂ ਦਾ ਬੈਸਟ ਬਣਿਆ ਹੈ। ਉਧਰ ਕੋਟ ਭਾਈ ਵਾਲਾ ਵਿਸ਼ੇਸ਼ ਕਹਿੰਦਾ ਬੱਲੂਆਂ ਦੇ ਪਿੰਡ ਦੇ ਸਰਬੀ ਦੀ ਬਹੁਤ ਵੱਡੀ ਸਪੋਰਟ ਹੈ ਤੇ ਨਾਲ ਬੱਲੂਆਂ ਦੇ ਪਿੰਡ ਦਾ ਕੀਤਾ ਇੱਕ ਕਹਿੰਦਾ ਵੀਰ ਮੇਰੇ ਨਾਲ ਸੱਜੀਆਂ ਖੱਬੀਆਂ ਬਾਹਾਂ ਬਣ ਕੇ ਖੜੇ ਤੇ ਮੇਲਾ ਜਿਹੜਾ ਮੇਰੇ ਮਿੱਤਰੋਂ ਭੱਜਿਆ ਤੁਰਿਆ ਹੁੰਦਾ ਹੈ। ਮੈਂ ਵੀ ਰੌਣਕਾਂ ਵੱਡੀਆਂ ਲੱਗੀਆਂ ਹੋਈਆਂ ਦੇ ਕਹਿੰਦੇ ਬਾਲਾਂ ਤੇ ਬਾਲਾਂ ਲਾਈ ਉਹਦੇ ਮੁੰਡੇ ਨਜ਼ਾਰਾ ਵੱਜ ਗਿਆ ਖੇਡ ਦੇ ਮੈਦਾਨ ਵਿੱਚ ਖਿੱਚਦੀ ਲਕੀਰ ਹੁਣ ਪਤਾ ਲੱਗੂ ਕਿਹੜਾ ਤਗੜਾ ਸਰੀਰ ਇੱਧਰ ਕਰਨਾ ਬੱਲੇ ਮੈਚ ਦੇ ਵਿੱਚ ਤੇ ਵਾਪਸੀ ਹੋਊਗੀ ਕਦੇ ਕਰਨਾ ਫੇਟਾ ਕਰਦੇ ਨੇ ਨੰਬਰ ਜਿਹੜਾ ਜੋੜ ਦਿੱਤਾ ਲੈ ਵੀ ਪ੍ਰਧਾਨ ਪਿਆ ਦੇ ਪਾਣੀ ਮੁੰਡਿਆਂ ਨੂੰ ਇੱਧਰ ਨੱਥੂ ਵਾਲਾ ਗਰਬੀ ਪਿੰਡ ਹੈ ਤਰਸੇਮ ਪ੍ਰਧਾਨ ਦਾ ਲੈ ਵੀ ਬਾਈ ਜਿਹੜਾ ਵੀ ਜਨਪਣ ਦੀ ਸੇਵਾ ਕਰ ਰਿਹਾ ਕਦੇ ਇੱਕ ਨੰਬਰ ਗਰਾਊਂਡ ਚੋਂ ਆਵਾਜ਼ ਵੱਜਦੀ ਤੇ ਉਧਰ ਜਾ ਵੜਦਾ ਤੇ ਫਿਰ ਆਵਾਜ਼ ਵੱਜਦੀ ਹੈ 3 ਨੰਬਰ ਗਰਾਊਂਡ ਚੋਂ ਵੀ ਬਾਈ ਇੱਧਰ ਪਾਣੀ ਦੀ ਲੋੜ ਹੈ ਤੇ ਉਧਰ ਚੱਲ ਜਾਂਦਾ ਵੀਰ 25-30 ਕਿਲੋ ਢੋਲੀ ਦਾ ਭਾਰ ਵੀ ਹੋਣਾ ਹੈ। ਔਰ ਇਹ ਭਰਾ ਸਾਡਾ 12 ਵਜੇ ਦਾ ਆਇਆ ਹੋਇਆ ਹੈ ਤੇ ਕਿਹੜੀ ਗੱਡੀ ਆ ਤਾਂ ਜਦੋਂ ਦਾ ਆਇਆ ਬਾਈ ਹੈ ਕੱਲੇ ਕੱਲੇ ਦਰਸ਼ਕ ਦੇ ਕੋਲ ਜਾ ਕੇ ਪਾਣੀ ਪਿਆ ਕੇ ਆਉਂਦਾ ਹੈ। ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਮੇਰਾ ਭਰਾ ਬਣ ਕੇ ਇਹ ਭਰਾ ਦਾ ਵੀ ਆਪਾਂ ਮਾਣ ਸਨਮਾਨ ਜ਼ਰੂਰ ਕਰ ਦਿਓ ਜੀ ਜਿੰਨੀ ਵੀ ਸੰਗਤ ਹੈ 10-10, 20-50 ਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਮੇਰਾ ਵੀਰ। ਇਹ ਭਰਾ ਇੱਕ ਸਧਾਰਨ ਪਰਿਵਾਰ ਦੇ ਵਿੱਚੋਂ ਆਇਆ ਇੱਕ ਆਸ ਉਮੀਦ ਲੈ ਕੇ ਜ਼ਰੂਰ ਮਾਣ ਸਨਮਾਨ ਕਰ ਦਿਓ ਆਪਣੇ ਵੱਡੇ ਭਰਾ ਦਾ ਵੱਡਾ ਧੰਨਵਾਦ ਬਹੁਤ ਬਹੁਤ ਧੰਨਵਾਦ। ਉਧਰਲੇ ਪਾਸੇ ਸਾਡੇ ਜਿੰਨੇ ਵੀ ਵੀਰ ਦੇ ਪ੍ਰਬੰਧਕ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਵਰਗੇ ਨਾਲ ਹਰਜੋਤ ਬਰਾੜ ਹੋਣੀ ਜਿੰਨੇ ਵੀ ਸਾਡੇ ਜਿਹੜੇ ਪ੍ਰਬੰਧਕ ਵੀਰ ਨੇ ਅੱਜ ਸਾਰੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਕਰਾਂਗੇ ਅਸੀਂ। ਨਾਲ ਹੀ ਸਾਡੇ DSP ਸਾਹਿਬ ਅਤੁਲ ਸੋਨੀ ਜੀ ਉਹ ਵੀ ਸਾਡੇ ਦਰਮਿਆਨ ਜਿਹੜੇ ਉਚੇਚੇ ਤੌਰ ਤੇ ਪੁੱਜੇ ਆ, ਬਹੁਤ ਵੱਡਾ ਅਸੀਂ ਧੰਨਵਾਦ ਵੀ ਬਹੁਤ ਵੱਡਾ ਧੰਨਵਾਦ ਹੈ। ਉਧਰ ਕੋਟ ਭਾਈ ਵਾਲਾ ਵਿਸ਼ੇਸ਼ ਦੇ ਨਾਲ ਭਰਾ ਸਾਡਾ ਕੀਤਾ ਬੱਲੂਆਣਾ ਬਾਈ ਸਰਬੀ ਬੱਲੂਆਣਾ ਜਸਵਿੰਦਰ ਢਿੱਲੋਂ ਦੇ ਲਈ